ਹਵਾ ਬਹੁਤ ਤੇਜ਼ ਚੱਲਣ ਲੱਗੀ ਵੀ ਆ, ਹਲਕੀਆਂ ਲੱਗੀਆਂ ਕਿਣੀਆਂ ਲੱਗੀਆਂ ਬਾਰਿਸ਼ ਦੀਆਂ, ਲਾਈਟ ਵੀ ਨਹੀਂ ਹੈਗੀ। ਦੁਪਹਿਰ ਦੀ ਲਾਈਟ ਗਈ ਵੀ ਤੀ, 8 ਕੁ ਵਜੇ ਆਈ ਤੀ, ਉਹਦੇ ਬਾਅਦ ਹੁਣ ਫਿਰ ਲੰਘ ਗਈ ਵੀ ਆ, ਕੁਛ ਪਤਾ ਨਹੀਂ ਹੈਗਾ ਲਾਈਟ ਕਦ ਆਉਣੀ ਆ। ਹਾਂਜੀ ਹਾਂਜੀ ਅੱਛਾ ਜੀ, ਹਵਾ ਇੱਕ ਨਹੀਂ ਤੇ ਚੱਲਣ ਗਈ ਜੀ, ਫੋਟੋਆਂ ਕਵਰ ਆ ਨਾ ਮੰਮੀ ਕਰੀ ਮਾੜਾ ਥੱਲੇ ਨੂੰ ਹਾਂ ਹੁਣ ਵਧੀਆ ਏ, ਪਹਿਲਾਂ ਲਾਈਟ ਘੱਟ ਤੀ। ਕੁਰਸੀ ਲਿਆ ਬੀਬੀ ਵਾਸਤੇ, ਕੌਣ ਬੋਲ ਰਿਹਾ ਹਿੰਦੀ, ਕਰਤਾ ਕਵਰ ਸੈੱਟ ਸਤਿਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਜਣੇ ਵਧੀਆ ਹੋਗੇ, ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ ਤੇ ਰੈਡੀ ਹੋ ਗਏ ਆਪਾਂ, ਰੋਟੀ ਖਾਣੀ ਆ, ਰੋਟੀ ਖਾ ਕੇ ਕੰਪ ਨਿਕਲੇ ਜਾਣਾ ਤੇ ਕੱਲ ਜਿਹੜਾ ਸੈਂਟਰ ਵਾਲੇ ਪੱਲੇ ਆ ਦਰਵਾਜਿਆਂ ਦੇ ਉਹਨਾਂ ਨੂੰ ਟੀਕ ਪਲਾਈ ਲੱਗ ਗਈ ਸੀ ਸਾਰਿਆਂ ਨੂੰ, ਤੇ ਜਿਹੜੇ ਉੱਪਰ ਥੱਲੇ ਦਿਲੇ ਬਣੇ ਆ ਉਹ ਲੱਗੇ ਹੋਏ ਤੇ ਪਾਣ, 2 ਪੱਲਿਆਂ ਨੂੰ ਪਾਤੇ ਤੇ ਤੇ 10 ਪੱਲੇ ਪਏ ਆ ਹਜੇ ਵੀ, ਤੇ ਅੱਜ ਉਹ ਡਿਜ਼ਾਇਨ ਪਾਉਂਗੇ, ਉਹਦੇ ਬਾਅਦ ਫਿਰ ਜਿਹੜਾ ਸੈਂਟਰ ਵਾਲਾ ਖਾਨਾ ਟੀਕ ਪਲਾਈ ਲਾਈ ਆ ਉਹਦੇ ਬਾਰ ਬਾਰ ਗੋਲਾ ਘੁੰਮਣਾ ਚੀਰੀ ਵਾਲਾ ਜਿਹੜਾ ਪਹਿਲਾਂ ਘੁੰਮਾਇਆ ਤਾ ਪੱਲਿਆਂ ਨੂੰ, ਪਹਿਲਾਂ ਦਿਲਿਆਂ ਵਾਲਾ ਕੰਮ ਜਿਹਾ ਨਿਬੇੜ ਦੂੰਗੇ, ਉਹਦੇ ਬਾਅਦ ਫਿਰ ਗੋਲਾ ਲਾਉਂਗੇ ਜੇ ਟਾਈਮ ਬਚਾ ਅੱਜ ਦੇ ਦਿਨ 'ਚ, ਨਹੀਂ ਫਿਰ ਕੱਲ੍ਹ ਨੂੰ ਲਾ ਦੂੰਗੇ, ਅਤੇ ਬਾਕੀ ਕੰਮ ਪਰ ਚੱਲਦੇ ਆ, ਕੰਮ ਪਰ ਮਿਲਦੇ ਜਾ ਕੇ ਫਿਰ। ਰਾਤ ਹਵਾ ਵੀ ਚੱਲਦੀ ਰਹੀ ਅਤੇ ਬਾਰਿਸ਼ ਵੀ ਹਲਕੀ ਹਲਕੀ, ਅਤੇ ਬੁਲਟ ਦਾ ਹਾਲ ਦੇਖੋ ਕਿਆ ਹੋਇਆ ਵਾ, ਫਿਰ ਤੋਂ ਆਉਣਾ ਪੈਣਾ। ਹੈ ਨਹੀਂ ਮੋਟਰ ਤਾਂ ਚੱਲਦੀ, ਮੈਂ ਪਾਣੀ ਭਰ ਲੈਂਦੇ ਆ, ਫਿਰ ਬਰਫ਼ ਆ ਜੂਗੀ ਨਾ, ਇਹ ਹੋਰ ਹੋਣੀ ਨਾ ਲੈਣ ਫਿਰ ਕੋਈ। ਆਏ ਨਹੀਂ, ਸੱਟ ਮਾਰ ਕੇ ਫਸਾ ਦੂੰਗੇ।
ਠੀਕ ਹੈ ਜੀ। ਠੀਕ ਆ ਲਾਵਾਂ ਉਹਨੂੰ, ਲਾ ਦੋ ਸਾਡੀ ਕੋਲ। ਵੱਡੋਗੀ ਘੁੰਮਾ ਕੇ ਵੱਢ ਲਾ, ਤੁਹਾਨੂੰ ਕੋਈ ਚੱਕਰ ਨਹੀਂ ਹੈ। ਬਾਈ ਕਰਦੇ ਪਾਲਟੀ ਯਾਰ, ਹੋਰ ਕਿਆ, ਅੱਜ ਤਾਂ ਚਾਹੀਦੀ ਬਾਲਟੀ। ਉਹਨਾਂ ਨੇ ਨਹੀਂ ਆਉਣਾ, ਉਹਦਾ ਮਨਾ ਕਰ ਗਿਆ, ਉਹ ਮਨਾ ਕਰ ਗਿਆ, ਉਹਨਾਂ ਨੇ ਨਹੀਂ ਆਉਣਾ ਹੈਗਾ। ਨਹੀਂ ਰਜੈਨ ਮਾਰਦਾ ਉਹਨਾਂ ਨੇ, ਆਇਆ ਵਾ ਦੇਵਰੇ, ਉਹ ਦੁਪਹਿਰੇ ਆਏ ਹੋਏ ਲੰਚ ਟਾਈਮ 'ਚ। ਉਹ ਨਹੀਂ ਆਈ ਵੀ, ਮੇਲ ਨਹੀਂ ਆਈ ਤੁਹਾਨੂੰ ਰਜੈਨ ਵਾਲੀ? ਚੈੱਕ ਕਰ ਲਿਓ, ਠੀਕ ਆ। ਹੋ ਗਿਆ ਪਹਿਲਾਂ ਤੇਰੇ, ਇੱਕ ਹੋਰ ਗਿਫਟ ਲੈ ਕੇ ਆਈ ਯਾਰ ਮੈਂ ਆਪਦੀ। ਭਗਵਾਨ ਲਾ ਕੇ ਪਤਾ ਲੱਗੂਗਾ ਵੀ ਅੱਛਾ ਹੀ ਗਿਆ, ਲੱਗਦਾ ਤਾਂ ਵਧੀਆ। ਬਾਕੀ ਦੇਖਦੇ ਆ, ਡਬਲ ਆਉਣਾ ਹੈ। ਆਹ ਮੰਗਾਇਆ ਤਾਂ ਔਨਲਾਈਨ, ਇੱਕ ਤਰ੍ਹਾਂ ਦਾ ਗਿਫਟ ਹੈ ਵੀ, ਅਤੇ ਗੱਡੀ ਵਾਸਤੇ ਮੰਗਾਇਆ ਇਹ, ਗੱਡੀ ਦੇ ਸਟੇਅਰਿੰਗ ਪਰ ਲੱਗਦਾ।
ਤੇ ਬਾਕੀ ਨੂੰ ਲਾ ਕੇ ਦੇਖਦੇ ਫਿੱਟ ਫੁੱਟ ਆਉਂਦਾ ਕਿ ਨਹੀਂ ਆਉਂਦਾ, ਇਹ ਦੇਖਦੇ ਚੈੱਕ ਕਰਕੇ ਕਿੱਦਾਂ ਦੀ ਕੁਆਲਿਟੀ ਇਹਦੀ। ਲਓ ਬਈ ਆਹ ਤਾਂ ਕਰਤਾ ਫਿੱਟ ਆਪਾਂ ਨੇ, ਥੋੜ੍ਹਾ ਜਿਹਾ ਔਖਾ ਫਿੱਟ ਹੋਇਆ ਪਰ ਕਰਤਾ, ਜਾਂਦਾ ਨਹੀਂ ਹੈਗਾ ਕਿਤੇ ਵੀ, ਇਹ ਵਧੀਆ ਸੈੱਟ ਆ। ਹੁਣ ਇਹ ਥੋੜ੍ਹਾ ਜਿਹਾ ਨਾ ਲੂਜ਼ ਤਾ, ਪੂਰੇ ਨਟ ਕੱਸ ਕੇ ਦੇਖ ਲਏ ਤੇ ਐਲਕੀ ਨਾਲ, ਅਤੇ ਥੱਲੇ ਥੋੜ੍ਹੀ ਜਿਹੀ ਪੈਕਿੰਗ ਦੇਣੀ ਪਈ ਹੈ ਇਹਦੇ। ਦੇਖੋ ਪੈਕਿੰਗ ਦਿੱਤੀ ਵੀ, ਥੋੜ੍ਹੀ ਪੈਕਿੰਗ ਦਿੱਤੀ ਉਹਦੇ ਕਰਕੇ ਲੋਟ ਆ ਗਿਆ, ਪਰ ਹੁਣ ਹਿਲਦਾ ਨਹੀਂ ਹੈਗਾ, ਪਹਿਲਾਂ ਹਿਲਦਾ ਤਾ ਇਹ। ਲਓ ਬਈ ਵੀਡੀਓ ਐਡਿਟ ਕਰਨਾ ਬੈਠ ਗਏ ਆਪਾਂ, ਛੱਤ ਪਰ ਆ ਗਏ ਵੇ ਆ ਅਤੇ ਵੀਡੀਓ ਐਡਿਟ ਕਰਦੇ ਆ, ਅਤੇ ਜਿੰਨੇ ਵੀ ਦਰਵਾਜ਼ਿਆਂ ਨੂੰ ਆਪਾਂ ਲੱਗੇ ਵੇ ਤੇ ਸਾਰਿਆਂ ਨੂੰ ਮੋਲਡਿੰਗ ਲੱਗੀ ਵੀ ਆ, ਬਸ 12 mm ਦੀ ਪਲਾਈ ਲਾ ਕੇ, ਉਹਦੇ ਬਾਅਦ ਫਿਰ ਟੀ ਪਲਾਈ ਲਾਣੀ ਆ, ਉਹਦੇ ਬਾਅਦ ਫਿਰ ਜਿਹੜੀ ਗੱਭੇ ਸੈਂਟਰ 'ਚ ਡਿਜ਼ਾਇਨ ਪਾਇਆ ਤਾ ਟੀ ਪਲਾਈ ਲਾਈ ਤੀ, ਉਹਨੂੰ ਗੋਲਾ ਲਾਣਾ ਅਤੇ ਉਹ ਨਾਲੇ ਪੱਲੇ ਸਾਰੇ ਤਿਆਰ ਕਰੀ ਜਾਣੇ ਆ, ਉਹ ਕੱਲ੍ਹ ਨੂੰ ਦੇਖੂੰਗੇ। ਕੱਲ੍ਹ ਸ਼ਾਇਦ ਇੰਟੀਰੀਅਰ ਦਾ ਜਿਹੜਾ ਕੰਮ ਆ ਸਾਰਾ ਉਹਦਾ ਮਾਲ ਵੀ ਆ ਜਾਣਾ ਸ਼ਾਇਦ ਕੱਲ੍ਹ ਨੂੰ, ਕੱਲ੍ਹ ਦਾ ਕੱਲ੍ਹ ਦੇਖੂੰਗੇ। ਅਤੇ ਅੱਜ ਵਾਲੀ ਵੀਡੀਓ ਨੂੰ ਪੂਰੀ ਐਂਡ ਕਰ ਦਿੰਦੇ ਆ, ਵੀਡੀਓ ਕੁਛ ਵੀ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਜਿਹੜੇ ਵੀ ਚੈਨਲ ਪਰ ਨਵੇਂ ਆਉਂਦੇ ਵੀਰ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਬੇਨਤੀ ਹੈ ਜੀ ਸਾਰਿਆਂ ਨੂੰ। ਬਾਕੀ ਕੱਲ੍ਹ ਨੂੰ ਮਿਲਦੇ ਫਿਰ ਨਵੀਂ ਵੀਡੀਓ ਦੇ ਨਾਲ, ਬਾਏ ਬਾਏ ਜੀ ਸਾਰਿਆਂ ਨੂੰ।